ਸੁਜਵਾਨ ਦੋਸਤੋ, ਅੱਜ ਅਸੀਂ ਜਿਸ ਕਿਤਾਬ ਬਾਰੇ ਚਰਚਾ ਕਰ ਰਹੇ ਹਾਂ ਉਸ ਕਿਤਾਬ ਦਾ ਨਾਮ ਹੈ ਇਸ ਲਈ। ਇਸ ਲਈ ਇੱਕ ਪੁਸਤਕ ਲੜੀ ਹੈ, ਅਨਿਯਮਿਤ ਪੁਸਤਕ ਲੜੀ ਹੈ, ਜਿਸ ਦੇ ਸੰਪਾਦਕ ਮੈਂ ਯਾਨੀ ਕਿ ਰਾਜਵਿੰਦਰ ਮੀਰ ਹਨ। ਇਹ ਪੁਸਤਕ ਲੜੀ ਸੰਸਾਰ ਦੇ ਮਹਾਨ ਇਨਕਲਾਬੀ ਦਾਰਸ਼ਨਿਕ ਚਿੰਤਕ ਕਾਰਲ ਮਾਰਕਸ ਹੋਰਾਂ ਦੀ ਦੂਸਰੀ ਜਨਮ ਸ਼ਤਾਬਦੀ ਦੀ ਯਾਦ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਮੁੱਖ ਰੂਪ ਦੇ ਵਿੱਚ ਇਸ ਪੁਸਤਕ ਲੜੀ ਦਾ ਮੰਤਵ ਹੁਣ ਤੱਕ ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀਕੋਣ ਦੀ ਰੋਸ਼ਨੀ ਦੇ ਵਿੱਚ ਕਲਾ, ਸਾਹਿਤ, ਸੱਭਿਆਚਾਰ ਦੇ ਖੇਤਰ ਦੇ ਵਿੱਚ ਜੋ ਵੀ ਕੰਮ ਹੋਇਆ ਵਿਸ਼ਵ ਪੱਧਰ 'ਤੇ, ਭਾਰਤ ਪੱਧਰ 'ਤੇ ਔਰ ਪੰਜਾਬ ਪੱਧਰ 'ਤੇ, ਉਸ ਕੰਮ ਤੋਂ ਪੰਜਾਬੀ ਦੇ ਪਾਠਕਾਂ ਨੂੰ ਜਾਣੂ ਕਰਵਾਉਣਾ, ਇਸ ਦੇ ਨਾਲ ਨਾਲ ਲੇਖਕਾਂ ਦਾ, ਚਿੰਤਕਾਂ ਦਾ, ਬੁੱਧੀਜੀਵੀਆਂ ਦਾ, ਕਲਾਕਾਰਾਂ ਦਾ, ਸੰਗੀਤਕਾਰਾਂ ਦਾ ਰਜਿਸਟੈਂਸ ਦਾ ਇਤਿਹਾਸ ਕੀ ਹੈ, ਸੱਤਾ ਦੇ ਵਿਰੁੱਧ, ਸਥਾਪਤੀ ਦੇ ਵਿਰੁੱਧ ਵਿਰੋਧ ਦਾ ਇਤਿਹਾਸ ਕੀ ਹੈ, ਉਸ ਇਤਿਹਾਸ ਤੋਂ, ਉਸ ਸ਼ਾਨਦਾਰ ਇਤਿਹਾਸ ਤੋਂ, ਸ਼ਾਨਦਾਰ ਵਿਰਾਸਤ ਤੋਂ ਪੰਜਾਬੀ ਦੇ ਪਾਠਕਾਂ ਨੂੰ ਜਾਣੂ ਕਰਾਉਣਾ ਇਸ ਪੁਸਤਕ ਲੜੀ ਦਾ ਮੰਤਵ ਹੈ। ਅਤੇ ਇਸ ਸਮੇਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਵਿਸ਼ਵ ਦੇ ਵਿੱਚ ਜਿੱਥੇ ਵੀ ਕਿਤੇ ਅਨਿਆਂ ਦੇ ਵਿਰੁੱਧ, ਸਥਾਪਤੀ ਦੇ ਵਿਰੁੱਧ, ਪ੍ਰੋ ਪੀਪਲ ਡੈਮੋਕਰੇਟਿਕ ਰਾਈਟਸ ਔਰਗਨਾਈਜੇਸ਼ਨਸ, ਮਨੁੱਖੀ ਅਧਿਕਾਰ ਸੰਗਠਨਾਂ ਦੇ ਕਾਰਕੁਨ, ਕਲਾਕਾਰ, ਬੁੱਧੀਜੀਵੀ, ਚਿੰਤਕ, ਸੰਗੀਤਕਾਰ, ਗਾਇਕ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਆਵਾਜ਼ ਉਠਾ ਰਹੇ ਨੇ, ਉਸ ਤੋਂ ਉਸਨੂੰ ਪੰਜਾਬੀ ਪਾਠਕਾਂ ਦੇ ਨਾਲ ਜੋੜਨਾ ਅਤੇ ਪੰਜਾਬ ਭਾਰਤ ਦੇ ਵਿੱਚ ਇਸ ਖੇਤਰ ਦੇ ਵਿੱਚ ਜੋ ਨਵੇਂ ਤਜਰਬੇ ਕਲਾ ਦੇ ਰੂਪਾਂ ਦੇ ਖੇਤਰ ਦੇ ਵਿੱਚ, ਵਿਸ਼ਿਆਂ ਦੇ ਖੇਤਰ ਦੇ ਵਿੱਚ ਜੋ ਨਵੇਂ ਤਜਰਬੇ ਹੋ ਰਹੇ ਨੇ, ਪੰਜਾਬੀ ਪਾਠਕਾਂ ਦੇ ਨਾਲ ਉਹਨਾਂ ਦੀ ਸਾਂਝ ਪਵਾਉਣਾ ਇਸ ਪੁਸਤਕ ਲੜੀ ਦਾ ਮੰਤਵ ਹੈ। ਅੱਜ ਦੇ ਦੌਰ ਦੇ ਵਿੱਚ ਜਦੋਂ ਵਿਸ਼ਵ ਪੂੰਜੀਵਾਦ ਦੇ ਸੰਕਟ ਨੇ ਮਨੁੱਖ ਨੂੰ ਆਤਮਕ ਸੜਾਨ ਦੇ ਨਾਲ ਭਰਿਆ ਹੋਇਆ ਹੈ, ਤਰ੍ਹਾਂ ਤਰ੍ਹਾਂ ਦਾ ਲੱਚਰ ਸੱਭਿਆਚਾਰ, ਘਟੀਆ ਕਿਸਮ ਦਾ ਮਨੋਰੰਜਨ ਸਾਡੇ ਉੱਪਰ, ਸਾਡੇ ਬੱਚਿਆਂ ਦੇ ਉੱਪਰ ਧੁੰਦ ਦੀ ਤਰ੍ਹਾਂ ਫੈਲਿਆ ਹੋਇਆ ਹੈ, ਮਤਲਬ ਪੋਰਨੋਗ੍ਰਾਫੀ ਪੂਰੇ ਵਿਸ਼ਵ ਦੇ ਸਮਾਜ ਦਾ ਇੱਕ ਕੋਡ ਬਣੀ ਹੋਈ ਹੈ, ਔਰ ਘਟੀਆ ਕਿਸਮ ਦੇ ਗੀਤ, ਘਟੀਆ ਕਿਸਮ ਦਾ ਮਨੋਰੰਜਨ, ਉਹਦੇ ਖਿਲਾਫ ਇੱਕ ਸਿਹਤਮੰਦ, ਇੱਕ ਰੋਸ਼ਨ ਦਿਮਾਗ ਮਨੁੱਖ ਦੇ ਨਿਰਮਾਣ ਦੇ ਵਿੱਚ ਜੋ ਸਾਹਿਤ, ਜੋ ਕਲਾ ਜੋ ਕੰਮ ਦੇ ਸਕਦੀ ਹੈ, ਕੰਮ ਆ ਸਕਦੀ ਹੈ, ਉਸਦੇ ਜਿਹੜੇ ਜਿਹੜੇ ਨਵੇਂ ਤਜਰਬੇ ਹੋ ਰਹੇ ਨੇ ਜਾਂ ਜੋ ਸਾਡੇ ਇਤਿਹਾਸ ਦੇ ਵਿੱਚ ਪਿਆ ਹੈ, ਪੁਰਾਣਾ ਸਾਡੇ ਇਤਿਹਾਸ ਦੇ ਵਿੱਚ ਪਿਆ ਹੈ, ਦੁਬਾਰਾ ਉਸਨੂੰ ਪ੍ਰਕਾਸ਼ਿਤ ਕਰਨਾ, ਮੁੜ ਪ੍ਰਕਾਸ਼ਿਤ ਕਰਨਾ, ਨਵੇਂ ਨੂੰ ਪੇਸ਼ ਕਰਨਾ, ਤਾਂ ਕਿ ਮਨੁੱਖ ਨੂੰ ਨਵੀਆਂ ਆਤਮਿਕ ਉਚਾਈਆਂ ਤੱਕ ਉੱਪਰ ਉਠਾਇਆ ਜਾ ਸਕੇ। ਇਸ ਇੱਕ ਬਹੁਤ ਵੱਡੇ ਪ੍ਰੋਜੈਕਟ, ਇੱਕ ਬਹੁਤ ਵੱਡੇ ਮਹਾਨ ਪ੍ਰੋਜੈਕਟ ਦਾ ਇੱਕ ਬਹੁਤ ਛੋਟਾ ਜਿਹਾ ਇੱਕ ਇਹ ਯਤਨ ਹੈ ਪੁਸਤਕ ਲੜੀ। ਇਸ ਯਤਨ ਦੇ ਪਹਿਲੇ ਅੰਕ ਦੇ ਤੌਰ 'ਤੇ ਅਸੀਂ ਕਾਰਲ ਮਾਰਕਸ ਦਾ ਕਲਾ ਦਰਸ਼ਨ, ਮਿਖਾਈਲ ਲਿਫਸ਼ਿਤਜ਼, ਸੋਵੀਅਤ ਯੂਨੀਅਨ ਦੇ ਕਲਾ ਦਰਸ਼ਨ ਦੇ ਬਹੁਤ ਵੱਡੇ ਲੇਖਕ ਹੋਏ ਨੇ, ਉਹਨਾਂ ਦਾ ਲੇਖ ਅਸੀਂ ਮੁੱਖ ਰੂਪ ਦੇ ਵਿੱਚ ਛਾਪ ਰਹੇ ਹਾਂ। ਇਹ ਇਸ ਦੀ ਪ੍ਰਕਾਸ਼ਨਾ ਪੰਜਾਬੀ ਦੇ ਵਿੱਚ ਦੂਜੀ ਵਾਰ ਹੋ ਰਹੀ ਹੈ, ਪਹਿਲਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ ਵਾਲੇ ਸਾਥੀਆਂ ਨੇ ਇੱਕ ਕਿਤਾਬ ਦੇ ਰੂਪ ਦੇ ਵਿੱਚ, ਕਾਰਲ ਮਾਰਕਸ ਦਾ ਕਲਾ ਦਰਸ਼ਨ ਉਸ ਕਿਤਾਬ ਦਾ ਨਾਮ ਹੈ, ਉਸ ਪੁਸਤਕ ਦੇ ਰੂਪ ਦੇ ਵਿੱਚ ਛਾਪਿਆ ਸੀ। ਇਸ ਤੋਂ ਬਿਨਾਂ ਪੀਪਲ ਵਾਇਸ ਵਾਲੇ ਕੁਲਵਿੰਦਰ ਜੀ ਨੇ, ਕੁਲਵਿੰਦਰ ਆਦਮਪੁਰ ਜੀ, ਉਹਨਾਂ ਦਾ ਇੱਕ ਬਹੁਤ ਮਹੱਤਵਪੂਰਨ ਲੇਖ ਹੈ ਭਾਰਤ ਵਿੱਚ ਕਮਿਊਨਿਸਟ ਲਹਿਰ ਅਤੇ ਸਿਨੇਮਾ, ਉਹ ਅਸੀਂ ਪਹਿਲੀ ਵਾਰ ਪੰਜਾਬੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਇਸ ਤਰ੍ਹਾਂ ਮਾਸਟਰ ਤਰਲੋਚਨ ਸਿੰਘ ਹੋਰਾਂ ਦਾ 2001 ਦੇ ਵਿੱਚ ਦਲਿਤ ਸਮੱਸਿਆ ਅਤੇ ਦਲਿਤ ਸਾਹਿਤ ਨਾਮ ਦਾ ਇੱਕ ਲੇਖ ਛਪਿਆ ਸੀ, ਉਹ ਅਸੀਂ ਦੁਬਾਰਾ ਫਿਰ ਪੰਜਾਬੀ ਦੇ ਵਿੱਚ ਪਾਠਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ। ਉਹਦੀ ਮਹੱਤਤਾ, ਉਹਦੀ ਰੈਲੀਵੈਂਸੀ, ਉਹਦੀ ਪ੍ਰਸੰਗਤਾ ਅੱਜ ਵੀ ਮਤਲਬ ਬਣੀ ਹੋਈ ਹੈ, ਜਿਸ ਤਰ੍ਹਾਂ
ਮਾਸਟਰ ਜੀ ਨੇ ਉਹਨਾਂ ਸਵਾਲਾਂ ਨੂੰ ਉਠਾਇਆ ਹੈ, ਠੀਕ ਪ੍ਰਸੰਗ ਦੇ ਵਿੱਚ ਰੱਖ ਕੇ ਦੇਖਿਆ ਹੈ, ਤਾਂ ਸਾਨੂੰ ਲੱਗਿਆ ਕਿ ਅਸੀਂ ਉਸ ਲੇਖ ਤੋਂ ਪੰਜਾਬੀ ਪਾਠਕਾਂ ਨੂੰ ਦੁਬਾਰਾ ਫਿਰ ਜਾਣੂ ਕਰਵਾਈਏ। ਇੱਕ ਬਹੁਤ ਮਹੱਤਵਪੂਰਨ ਡਾਕੂਮੈਂਟ ਹੈ ਇਸ ਪੁਸਤਕ ਲੜੀ ਦੇ ਅੰਕ ਦੇ ਵਿੱਚ, ਨਾਗਰਿਕ ਕਮਿਸ਼ਨ, ਜੋ ਦਿੱਲੀ ਦੰਗਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਕੁਝ ਸੂਝਵਾਨ ਇਨਸਾਫ ਪਸੰਦ ਬੁੱਧੀਜੀਵੀਆਂ ਦਾ, ਪੋਲੀਟੀਸ਼ੀਨਾਂ ਦਾ, ਸਾਬਕਾ ਪੋਲੀਟੀਸ਼ੀਨਾਂ ਦਾ ਔਰ ਬਿਊਰੋਕਰੈਟਸ ਦਾ ਇੱਕ ਕਮਿਸ਼ਨ ਬਣਿਆ ਸੀ, ਉਹਨਾਂ ਨੇ ਰਿਪੋਰਟ ਜਾਰੀ ਕੀਤੀ ਸੀ ਔਰ ਉਹ ਰਿਪੋਰਟ ਆਪਣੇ ਜਾਰੀ ਹੋਣ ਤੋਂ ਲੈ ਕੇ ਅੱਜ ਤੱਕ ਵਾਦਾਂ ਵਿਵਾਦਾਂ ਦਾ ਹਿੱਸਾ ਰਹੀ ਹੈ। ਸਾਡੀ ਜਾਣਕਾਰੀ ਦੇ ਅਨੁਸਾਰ ਅਸੀਂ ਉਸ 'ਤੇ ਬਹੁਤ ਮਹੱਤਵਪੂਰਨ ਚੈਪਟਰ ਪੰਜਾਬੀ ਦੇ ਵਿੱਚ ਪਹਿਲੀ ਵਾਰ ਪਾਠਕਾਂ ਨੂੰ ਪੇਸ਼ ਕਰ ਰਹੇ ਹਾਂ। ਮਤਲਬ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਔਰ ਕਿਸ ਤਰ੍ਹਾਂ ਉਹ ਦੰਗੇ ਪ੍ਰੋਜੈਕਟਡ ਸੀ, ਔਰਗੇਨਾਈਜ਼ਡ ਸੀ, ਕਿਸ ਤਰ੍ਹਾਂ ਜਿਹੜਾ ਹੈਗਾ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਲੋਕ ਸੀ ਉਹ ਉਹਦੇ ਵਿੱਚ ਇਨਵੋਲਵ ਸੀ, ਬਹੁਤ ਡਿਟੇਲ ਦੇ ਵਿੱਚ ਜਿਹੜੇ ਹੈਗੇ ਇਸ ਰਿਪੋਰਟ ਦੇ ਵਿੱਚ ਦੋ ਮਹੱਤਵਪੂਰਨ ਚੈਪਟਰ ਨੂੰ ਅਸੀਂ ਜਿਹੜੇ ਚੈਪਟਰ ਹੈਗੇ ਨੇ ਉਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਪੇਸ਼ ਕਰ ਰਹੇ ਹਾਂ। ਕਵੀ ਲਿਪੀ ਦਾ ਮਹਾਂਦੇਵ ਦੀਆਂ ਮਹਾਂਦੇਵ ਕਿਰਤੀਆਂ ਦੀ ਸੰਵੇਦਨਾ ਲੈ ਕੇ ਆਇਆ, ਨਵੀਂ ਭਾਸ਼ਾ ਮਤਲਬ ਉਹਦੇ ਕੋਲ ਹੈਗੀ ਹੈ, ਉਸ ਦੀਆਂ ਕਵਿਤਾਵਾਂ ਛਾਪੀਆਂ ਨੇ ਅਸੀਂ ਚਾਰ ਪੰਜ। ਇਸ ਤਰ੍ਹਾਂ ਸਾਡੇ ਇੱਕ ਬਹੁਤ ਸੈਂਸਿਟਿਵ ਸੰਵੇਦਨਸ਼ੀਲ ਕਵੀ ਦੋਸਤ ਨੇ ਪਰਮਿੰਦਰ ਗਿੱਲ, ਉਹਨਾਂ ਦੀ ਕਵਿਤਾ ਅਸੀਂ ਮਾਰਕਸ ਦੇ ਜਨਮ ਦਿਨ 'ਤੇ ਹੈ ਉਹ ਇਸ ਦੇ ਬੈਕ ਕਵਰ 'ਤੇ ਲਗਾਈ ਹੈ। ਸੋ ਪਹਿਲਾ ਯਤਨ ਹੈ ਇਹ, ਅਤੇ ਅਸੀਂ ਉਮੀਦ ਕਰਾਂਗੇ ਪੰਜਾਬੀ ਪਾਠਕਾਂ ਤੋਂ ਕਿ ਇਸ ਦਾ ਹੁੰਗਾਰਾ ਸਾਨੂੰ ਦੇਣ ਵਧੀਆ ਢੰਗ ਦੇ ਨਾਲ, ਅਤੇ ਅਸੀਂ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਹੋਰ ਸਿਹਤਮੰਦ ਡੈਮੋਕਰੇਟਿਕ ਸਿਹਤਮੰਦ ਇਨਕਲਾਬੀ ਪ੍ਰੋਲੇਤਾਰੀ ਪੁਆਇੰਟ ਆਫ ਵਿਊ ਤੋਂ ਜੋ ਵੀ ਕਲਾ ਸਾਹਿਤ ਸੱਭਿਆਚਾਰ ਦੇ ਵਿੱਚ ਜੋ ਕੁਛ ਭੁਲਾ ਦਿੱਤਾ ਗਿਆ, ਵਿਸਾਰ ਦਿੱਤਾ ਗਿਆ, ਅਸੀਂ ਉਸਨੂੰ ਦੁਬਾਰਾ ਤੋਂ ਜਿਹੜਾ ਹੈਗਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੀ ਪੁਨਰਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਜੋ ਕੁਛ ਨਵੇਂ ਲੇਖ ਨਵੀਂ ਸੰਵੇਦਨਾ ਦੇ ਨਾਲ ਕੁਛ ਨਵਾਂ ਕਰਨਗੇ ਅਸੀਂ ਉਹਨਾਂ ਨੂੰ ਵੀ ਪ੍ਰਕਾਸ਼ਨ ਕਰਨ ਦੀ ਖੁਸ਼ੀ ਲਵਾਂਗੇ। ਬਹੁਤ ਧੰਨਵਾਦ ਦੋਸਤੋ। ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ ਬਚੀ ਰਹੇ, ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।